ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਬੇਨਤੀ ਹੈ ਜੀ ਕਿ ਪਰਸੋਂ 7 ਦਸੰਬਰ ਹੈ, ਪਹਿਲਾ ਸ਼ਨੀਵਾਰ ਹੈ, ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਪ੍ਰੋਗਰਾਮ ਹੁੰਦਾ ਹੈ। ਸੋ ਆਪ ਸਾਰੇ ਵੀਰਾਂ ਨੂੰ, ਭੈਣਾਂ ਨੂੰ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਇਸ ਵਾਰ ਦੀਵਾਨ ਜਿਹੜਾ ਹੈ ਦੁਪਹਿਰ ਦਾ ਹੋਣਾ, ਕਿਉਂਕਿ ਠੰਡ ਹੋ ਗਈ ਹੈ, ਮੌਸਮ ਠੰਡਾ ਹੈ, ਇਸ ਕਰਕੇ ਰਾਤ ਦਾ ਪ੍ਰੋਗਰਾਮ ਨਹੀਂ ਹੋਣਾ। ਇਸ ਗੱਲ ਦਾ ਭੁਲੇਖਾ ਨਾ ਲੱਗੇ ਤਾਂ ਮੈਂ ਬੇਨਤੀ ਕਰਨ ਲੱਗਾ ਵੀ ਸਾਰੀ ਸੰਗਤ ਨੂੰ ਬੇਨਤੀ ਹੈ, ਅੰਮ੍ਰਿਤ ਸੰਚਾਰ ਸਵੇਰੇ 10 ਵਜੇ ਹੋਣਾ ਅਤੇ ਦੀਵਾਨ ਦਾ ਟਾਈਮ ਤਕਰੀਬਨ 1 ਵਜੇ ਤੋਂ ਲੈ ਕੇ 4 ਵਜੇ ਤੱਕ ਹੋਣਾ। ਜਿੰਨੀ ਸੰਗਤ ਦੂਰੋਂ ਨੇੜਿਓਂ ਪਹੁੰਚਣਾ ਚਾਹੁੰਦੀ ਹੈ ਸਾਰਿਆਂ ਨੂੰ ਦੱਸ ਦਿਓ, ਇੰਟਰਨੈੱਟ ਦੇ ਮਾਧਿਅਮ ਰਾਹੀਂ, ਫੇਸਬੁੱਕ ਜਾਂ ਯੂਟਿਊਬ, ਜਿਵੇਂ ਵੀ ਤੁਸੀਂ ਅੱਗੇ ਦੱਸ ਸਕਦੇ ਹੈ ਆਪਣਾ ਮੈਸੇਜ ਜਿਹੜਾ ਦੇ ਦਿਓ। ਪਰਸੋਂ 7 ਤਰੀਕ ਦਾ ਦੀਵਾਨ ਹੋਣਾ ਅਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਪਹੁੰਚੀਏ, ਰਲ ਮਿਲ ਕੇ ਲਾਹੇ ਲਈਏ, ਬਹੁਤ ਸਾਰੀਆਂ ਵਿਚਾਰਾਂ ਕਰਨ ਵਾਲੀਆਂ ਨੇ, ਆਪਾਂ ਰਲ ਮਿਲ ਕੇ ਬੈਠ ਕੇ ਕਰੀਏ। ਪਰਸੋਂ ਸਾਰਿਆਂ ਨੂੰ ਉਡੀਕਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।